ਪਰਮਾਤਮਾ ਦਾ ਨਾਮ ਜਪਣਾ ਨਾ ਛੱਡੀ। ਵਾਹਿਗੁਰੂ ਨੇ ਹਰ ਸਮੇਂ ਹਰ ਟਾਈਮ 'ਤੇ ਹਰ ਵੇਲੇ ਤੇਰੀ ਰੱਖਿਆ ਜ਼ਰੂਰ ਕਰਨੀ ਆ। ਆਖੋ ਸਤਨਾਮ। ਅਤੇ ਆਪਣਾ ਜਿਹੜਾ ਧਰਮ ਹੈ ਗੁਰਮੁਖੋ, ਇੱਥੇ ਉਮਰ ਦੀ ਗੱਲ ਨਹੀਂ। ਸਤਿਗੁਰੂ ਨੇ ਕਿਰਪਾ ਕੀਤੀ, ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਪੜ੍ਹਿਓ, ਬਚਨ ਪਤਾ ਲੱਗਦਾ ਵੀ ਬੁਢੇਪੇ ਵਿੱਚ ਜਾ ਕੇ ਵੀ ਤੂੰ ਪਰਮਾਤਮਾ ਦਾ ਰੂਪ ਹੋ ਸਕਦਾ। ਜਿਹੜੀ ਗੁਰੂ ਦੀ ਜੋਤ ਹੈ ਨਾ, ਕੰਮ ਇਹਨੇ ਕਰਨਾ ਗੁਰਮੁਖ। ਜੋਤ ਬੁਢੇਪੇ ਵਿੱਚ ਜਾ ਕੇ ਵੀ ਕੰਮ ਕਰਦੀ ਰਹੀ, ਅਤੇ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜੀਵਨ ਪੜ੍ਹ ਲਓ। 5.5 ਸਾਲ ਦੀ ਉਮਰ ਸੀ, ਬੱਚੇ ਤੁਹਾਡੇ ਵੀ ਹੈਗੇ। 5.5 ਸਾਲ ਦੇ ਬੱਚੇ ਨੂੰ ਕਿੰਨਾ ਕੁ ਗਿਆਨ ਹੁੰਦਾ ਗੁਰਮੁਖੋ। ਪਰ ਗੁਰੂ ਸਾਹਿਬ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ 7ਵੇਂ ਪਾਤਸ਼ਾਹ ਨੇ, ਅਤੇ ਗੁਰੂ ਜੋਤ ਨੇ ਬਚਪਨ ਸਰੀਰ ਵਿੱਚ ਵੀ ਕੰਮ ਓਨਾ ਹੀ ਕੀਤਾ ਹੈ ਜਿੰਨਾ ਬਜ਼ੁਰਗੀ ਵਿੱਚ ਕੀਤਾ ਹੈ। ਆਖੋ ਸਤਨਾਮ। ਸੋ ਇੱਥੇ ਆਪ ਜੀ ਨੂੰ ਇਤਿਹਾਸ ਵਿੱਚੋਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਦੀ ਬਾਣੀ ਨਾਲ ਜੁੜੋ ਭਾਈ, ਮਾਲਕ ਦੇ ਸਿਮਰਨ ਨਾਲ ਜੁੜੋ। ਜਿਹੜਾ ਸਿਮਰਨ ਨਾਲ ਜੁੜ ਜਾਂਦਾ, ਧਰਮ ਦੇ ਰਸਤੇ ਚੱਲ ਪੈਂਦਾ, ਉਹਨਾਂ ਦੀ ਵਾਹਿਗੁਰੂ ਪਰਮਾਤਮਾ ਆਪ ਰੱਖਿਆ ਕਰਦਾ। ਜੇ ਬਚਪਨ ਚੱਲਿਆ ਗਿਆ ਹੱਸਦਿਆਂ ਖੇਡਦਿਆਂ, ਜਵਾਨੀ ਲੰਘ ਗਈ ਪਰਿਵਾਰਕ ਜ਼ਿੰਦਗੀ ਜਿਉਂਦਿਆਂ ਹੋਇਆਂ, ਬੁਢੇਪਾ ਆ ਗਿਆ, ਹੁਣ ਵੀ ਸਤਿਗੁਰ ਦੇ ਬਚਨ ਮੰਨ, ਮਾਲਕ ਦੇ ਚਰਨੀ ਲੱਗ ਜਾ, ਸੇਵਾ ਸਿਮਰਨ ਵਾਲੀ ਬਿਰਤੀ ਬਣਾ ਲੈ, ਅਜੇ ਵੀ ਤੇਰਾ ਭਲਾ ਹੋ ਜਾਣਾ। ਧੰਨ ਗੁਰੂ ਅਮਰਦਾਸ ਮਹਾਰਾਜ, ਇਹਨਾਂ ਨੇ 4 ਮਈ 1479 ਨੂੰ ਬਾਸਰ ਕੇ ਨਗਰ, ਅੰਮ੍ਰਿਤਸਰ ਤੋਂ 5 ਮੀਲ ਦੂਰ ਹੈ ਗੁਰਮੁਖ, ਬਾਸਰ ਕੇ ਪਿਤਾ ਤੇਜ ਭਾਨ ਦੇ ਘਰ ਮਾਤਾ ਲਕਸ਼ਮੀ ਦੀ ਕੁੱਖੋਂ ਅਵਤਾਰ ਧਾਰਨ ਕੀਤਾ। ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲੋਂ 10 ਸਾਲ ਦਾ ਹੀ ਫਰਕ ਹੈ। ਉਹਨਾਂ ਦਾ ਜਨਮ 1469 ਵਿੱਚ ਹੁੰਦਾ, ਅਤੇ ਗੁਰੂ ਅਮਰਦਾਸ ਮਹਾਰਾਜ ਦਾ ਜਨਮ 1479 ਵਿੱਚ ਹੁੰਦਾ। ਸਮਾਂ ਲੰਘਦਾ ਗਿਆ ਗੁਰਮੁਖ ਪਿਆਰਿਓ, 4 ਭਰਾ ਸਨ, ਘਰੇਲੂ ਕਿੱਤਾ ਕਰਦੇ ਰਹੇ। ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਅਤੇ ਜਵਾਨੀ ਪਹਿਰੇ ਗੁਰਮੁਖੋ 23 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਦੇਵੀ ਚੰਦ ਦੀ ਸੁਪੁੱਤਰੀ ਬੀਬੀ ਰਾਮੋ ਦੇ ਨਾਲ। ਗ੍ਰਿਸਤ ਜੀਵਨ ਵੀ ਨਿਭਾਇਆ, ਗ੍ਰਿਸਤ ਜੀਵਨ ਵਿੱਚ ਰਹਿੰਦਿਆਂ ਹੋਇਆਂ 4 ਬੱਚੇ ਪੈਦਾ ਕੀਤੇ, ਬਾਬਾ ਮੋਹਰੀ ਜੀ ਅਤੇ ਬਾਬਾ ਮੋਹਨ ਜੀ, 2 ਲੜਕੇ ਅਤੇ ਬੀਬੀ ਭਾਨੀ ਅਤੇ ਬੀਬੀ ਦਾਨੀ ਗੁਰਮੁਖ, 2 ਧੀਆਂ ਇਹਨਾਂ ਦੀਆਂ, 4 ਬੱਚੇ ਸਨ। ਪਰਿਵਾਰਕ ਜ਼ਿੰਦਗੀ ਜਿਉਂਦਿਆਂ ਹੋਇਆਂ ਕਿਤੇ ਸਤਸੰਗ ਕੀਤੀ, ਲਗਨ ਲੱਗੀ ਕਿ ਬੰਦੇ ਨੂੰ ਪੁੰਨਦਾਨ ਕਰਨਾ ਚਾਹੀਦਾ। ਉਸ ਵੇਲੇ ਸਿੱਖ ਧਰਮ ਦਾ ਬਹੁਤਾ ਬੋਲਬਾਲਾ ਨਹੀਂ ਸੀ। ਕਿਸੇ ਨੇ ਸਲਾਹ ਦਿੱਤੀ ਕਿ ਗੰਗਾ 'ਤੇ ਇਸ਼ਨਾਨ ਕਰਨ ਜਾਇਆ ਕਰੋ, ਪੁੰਨਦਾਨ ਕਰਿਆ ਕਰੋ। ਇਹ ਕਹਿੰਦੇ ਹਰ ਸਾਲ ਗੰਗਾ 'ਤੇ ਇਸ਼ਨਾਨ ਕਰਨ ਜਾਂਦੇ ਨੇ ਗੁਰਮੁਖ। 21 ਸਾਲ ਗਏ ਲਗਾਤਾਰ, ਕੋਈ ਨਾਗਾ ਨਹੀਂ ਪਾਇਆ। ਜ਼ਿਆਦਾਤਰ ਇਹ ਯਾਤਰਾ ਪੋਹ ਮਾਘ ਦੇ ਮਹੀਨੇ 'ਚ ਹੁੰਦੀ ਗੁਰਮੁਖ, ਅਤੇ ਪੋਹ ਦੇ ਵਿੱਚ ਤੁਹਾਨੂੰ ਪਤਾ ਠੰਡ ਵੀ ਹੁੰਦੀ ਹੈ। ਸੰਗਤ ਨੂੰ ਨਾਲ ਲੈ ਕੇ ਜਾਂਦੇ ਨੇ। 21 ਸਾਲ ਲੰਘ ਗਏ, ਉਮਰ ਗੁਰਮੁਖੋ 71 ਸਾਲ ਦੀ ਹੋ ਚੁੱਕੀ ਹੈ। ਖਿਆਲ ਕਰਨਾ, 71 ਸਾਲ ਦੀ ਉਮਰ ਤੱਕ ਗੁਰਮਤਿ ਦਾ ਕੋਈ ਗਿਆਨ ਨਹੀਂ ਸੀ।
ਗੰਗਾ 'ਤੇ ਜਾਣਾ, ਇਸ਼ਨਾਨ ਕਰਨਾ, ਪੁੰਨ ਦਾਨ ਕਰਨਾ, ਨਾਲ ਸੰਗਤ ਲੈ ਕੇ ਜਾਂਦੇ ਅਤੇ ਬਸਰ ਕੇ ਤੋਂ ਹਰਿਦੁਆਰ 800 ਕਿਲੋਮੀਟਰ ਪੈਂਦਾ, ਪੈਦਲ ਜਾਂਦੇ ਸੀ। ਉਦੋਂ ਕੋਈ ਸਾਧਨ ਨਹੀਂ ਸੀ ਹੁੰਦੇ। 800 ਕਿਲੋਮੀਟਰ ਸੰਗਤ ਨੂੰ ਨਾਲ ਲੈ ਕੇ ਜਾਣਾ ਅਤੇ ਰਸਤੇ ਦੇ ਵਿੱਚ ਰੁੜਕੀ ਕੈਂਟ ਪੈਂਦਾ ਗੁਰਮੁਖੋਂ, ਹਿੰਦੁਸਤਾਨ ਦਾ ਵੱਡਾ ਤੋਪਖਾਨਾ ਉੱਥੇ। ਉੱਥੇ ਮੇਵਾੜ ਨਗਰ ਪੈਂਦਾ ਗੁਰਮੁਖੋਂ। ਉੱਥੋਂ ਦਾ ਇੱਕ ਬ੍ਰਾਹਮਣ ਹੋਇਆ ਹੈ ਪੰਡਿਤ ਦੁਰਗਾਦਾਸ, ਬਹੁਤ ਵੱਡਾ ਤਪੱਸਵੀ ਮਹਾਤਮਾ, ਵਿਦਵਾਨ ਬੜਾ ਤਕੜਾ ਸੀ। ਪਰ ਉਹਨੇ ਕੀ ਕੀਤਾ, ਜਿਹੜੀ ਮਾਇਆ ਸੀ ਉਹਦੀ ਇੱਕ ਧਰਮਸ਼ਾਲਾ ਬਣਾਈ ਗੁਰਮੁਖ। ਧਰਮਸ਼ਾਲਾ ਦੇ ਵਿੱਚ ਆਉਂਦੇ ਜਾਂਦੇ ਰਾਹੀ ਰਹਿੰਦੇ, ਰਾਤ ਕੱਟਦੇ, ਆਏ ਗਿਆਂ ਨੂੰ ਲੰਗਰ ਪ੍ਰਸ਼ਾਦਾ ਪਾਣੀ ਮਿਲਦਾ। ਇਹ ਦੁਰਗਾਦਾਸ ਦੇ ਨਾਲ ਬਾਬਾ ਅਮਰਦਾਸ ਜੀ ਦਾ ਮੋਹ ਪੈ ਗਿਆ, ਹਰ ਸਾਲ ਜਾਂਦੇ, ਉੱਥੇ ਰਾਤ ਕੱਟਦੇ ਹੁੰਦੇ ਗੁਰਮੁਖ। 21 ਰਾਤਾਂ ਕੱਟੀਆਂ, 21ਵੇਂ ਸਾਲ ਜਦੋਂ ਗਏ ਅਤੇ ਪੰਡਿਤ ਦੁਰਗਾਦਾਸ ਜੀ ਨੂੰ ਕਹਿੰਦੇ ਵੀ ਐਤਕੀ ਤੁਸੀਂ ਵੀ ਸਾਡੇ ਨਾਲ ਹੀ ਚੱਲੋ, ਮੋਹ ਪੈ ਗਿਆ ਹੁਣ ਤੁਹਾਨੂੰ ਪਤਾ, ਇੱਥੇ ਵੀ ਲਾ ਲਓ ਸੰਗਤ ਆਉਂਦੀ ਹੈ, ਦੂਰ ਦੁਰਾਡੇ ਤੋਂ ਗੁਣੀ ਗਿਆਨੀ ਮਹਾਂਪੁਰ ਕਥਾ ਵਾਚਕ ਪ੍ਰਚਾਰਕ ਆਉਂਦੇ ਨੇ ਅਤੇ ਜਿਹੜਾ ਹਰ ਸਾਲ ਆਵੇ ਉਹਦੀ ਜਾਣ ਪਛਾਣ ਵੀ ਹੋ ਜਾਂਦੀ ਹੈ। ਫਰਕ ਤਾਂ ਪੈ ਜਾਂਦਾ ਹਰ ਸਾਲ ਜਿਹੜਾ ਆਵੇ। ਅਤੇ ਦੁਰਗਾਦਾਸ ਦੇ ਨਾਲ ਬਾਬਾ ਅਮਰਦਾਸ ਜੀ ਦਾ ਮੋਹ, ਸੰਗਤ ਨੂੰ ਨਾਲ ਲੈ ਕੇ ਜਾਂਦੇ ਅਤੇ ਗੁਰਮੁਖ ਪਿਆਰਿਓ ਰਾਤ ਕੱਟਦੇ। 21 ਰਾਤਾਂ ਕੱਟੀਆਂ ਉਸ ਧਰਮਸ਼ਾਲਾ 'ਚ 21 ਸਾਲਾਂ 'ਚ। ਇਸ ਵਾਰੀ ਕੀ ਹੋਇਆ ਹੈ, ਪੰਡਿਤ ਦੁਰਗਾਦਾਸ ਜੀ ਵੀ ਕਹਿੰਦੇ ਭਾਈ ਅਸੀਂ ਵੀ ਐਤਕੀ ਤੁਹਾਡੇ ਨਾਲ ਹੀ ਚੱਲਣਾ। ਤੁਰ ਪਏ ਗੁਰਮੁਖੋ, ਜਾ ਪਹੁੰਚੇ ਗੱਲਾਂ ਬਾਤਾਂ ਕਰਦੇ ਹੋਏ ਹਰਿਦੁਆਰ। ਜਦੋਂ ਹਰਿਦੁਆਰ ਗਏ, ਵਾਹਵਾ ਸਾਰਾ ਸਮਾਨ ਸੰਗਤ ਦਾ, ਜੋੜੇ ਜੁੱਤੀਆਂ ਇੱਕ ਥਾਂ ਰੱਖਤੀਆਂ ਅਤੇ ਪੰਡਿਤ ਦੁਰਗਾਦਾਸ ਜੀ ਕਹਿੰਦੇ ਮੈਂ ਸਮਾਨ ਕੋਲੇ ਬਹਿਨਾ, ਤੁਸੀਂ ਪਹਿਲਾਂ ਇਸ਼ਨਾਨ ਕਰਿਆਓ। ਅਤੇ ਗੁਰਮੁਖ ਪਿਆਰਿਓ, ਗੁਰੂ ਅਮਰਦਾਸ ਮਹਾਰਾਜ ਉਦੋਂ ਗੁਰੂ ਨਹੀਂ ਸੀ ਬਣੇ, ਬਾਬਾ ਅਮਰਦਾਸ ਜੀ ਨਾਲ ਜਿਹੜੀ ਸੰਗਤ ਨੂੰ ਲੈ ਕੇ ਗਏ ਸੀ ਉਹਨਾਂ ਨੇ ਵੀ ਇਸ਼ਨਾਨ ਕੀਤਾ ਹੈ, ਬਾਬਾ ਅਮਰਦਾਸ ਜੀ ਨੇ ਵੀ ਇਸ਼ਨਾਨ ਕੀਤਾ ਹੈ। ਇਸ਼ਨਾਨ ਕਰਕੇ ਮੁੜ ਆਏ ਅਤੇ ਸੰਗਤ ਵੱਲੋਂ ਮਾਇਆ ਇਕੱਠੀ ਕੀਤੀ, ਕਹਿੰਦੇ ਪੰਡਿਤ ਜੀ ਤੁਸੀਂ ਸਾਡੀ ਹਰ ਸਾਲ ਸੇਵਾ ਕਰਦੇ ਹੋ, ਆ ਸੰਗਤ ਵੱਲੋਂ ਕੁਛ ਤਿਲ ਫੁੱਲ ਮਾਇਆ ਹੈ, ਇਹ ਚਾਹੇ ਤਾਂ ਇੱਥੇ ਦਾਨ ਕਰ ਦਿਓ, ਚਾਹੇ ਆਪਣੀ ਧਰਮਸ਼ਾਲਾ 'ਚ ਲਾ ਲਓ। ਅਤੇ ਦੁਰਗਾਦਾਸ ਜੀ ਕਹਿੰਦੇ ਅਮਰਦਾਸ ਮੈਂ ਵੀ ਇਸ਼ਨਾਨ ਕਰ ਲਾਂ, ਦਾਨ ਮੈਂ ਫੇਰ ਲਊਂਗਾ। ਹੁਣ ਬਾਬਾ ਅਮਰਦਾਸ ਜੀ ਬਹਿ ਗਏ ਗੁਰਮੁਖੋਂ। ਪੰਡਿਤ ਦੁਰਗਾਦਾਸ ਗੰਗਾ 'ਤੇ ਇਸ਼ਨਾਨ ਕਰਨ ਗਿਆ ਅਤੇ ਪੰਡਿਤਾਂ ਦਾ ਇਸ਼ਨਾਨ ਵੀ ਆਪ ਜੀ ਨੂੰ ਪਤਾ ਲੰਬਾ ਹੀ ਹੋ ਜਾਂਦਾ। ਉਹਨੇ ਚੁੱਭਾ ਲਾਉਣਾ, ਮੰਤਰ ਪੜ੍ਹਨੇ, ਚੁੱਭਾ ਲਾਉਣਾ, ਫਿਰ ਮੰਤਰ ਪੜ੍ਹਨੇ, ਟਾਈਮ ਲੱਗ ਗਿਆ ਵਾਹਵਾ ਗੁਰਮੁਖੋਂ। ਅਤੇ ਬਾਬਾ ਅਮਰਦਾਸ ਜੀ ਨੇ ਸੋਚਿਆ ਵੀ ਪੰਡਿਤ ਜੀ ਦਾ ਇਸ਼ਨਾਨ ਤਾਂ ਲੰਬਾ ਹੀ ਹੋ ਗਿਆ ਕੁਛ, ਚਲੋ ਕਹਿੰਦੇ ਬਜ਼ੁਰਗਾਂ ਥੱਕੇ ਆਏ ਹਾਂ ਆਪਾਂ, ਇੰਨੇ 10 ਮਿੰਟ ਢੂਹੀ ਸਿੱਧੀ ਕਰ ਲਈਏ। ਪੈ ਗਏ ਗੁਰਮੁਖ, ਜਿਹੜੀ ਗਠੜੀ ਸੀ ਸਮਾਨ ਵਾਲੀ ਮਾਇਆ ਵਾਲੀ ਉਹਦਾ ਲਾ ਲਿਆ ਸਿਰਹਾਣਾ ਅਤੇ ਗੋਡੇ ਦੇ ਉੱਤੇ ਪੈਰ ਧਰ ਕੇ ਬਾਬਾ ਅਮਰਦਾਸ ਜੀ ਪੈ ਗਏ। ਅਤੇ ਜਦੋਂ ਪੰਡਿਤ ਦੁਰਗਾਦਾਸ ਜੀ ਇਸ਼ਨਾਨ ਕਰਕੇ ਆਏ ਅਤੇ ਹੁਣ ਗੋਡੇ ਦੇ ਉੱਤੇ ਧਰਿਆ ਹੋਇਆ ਪੈਰ ਦਿਸ ਗਿਆ ਗੁਰਮੁਖ, ਆ ਕੇ ਕਹਿੰਦੇ
ਕਹਿੰਦੇ ਅਮਰਦਾਸ ਤੇਰੇ ਪੈਰ ਵਿੱਚ ਪਦਮ ਹੈ, ਭਿਰਗੂ ਪ੍ਰਾਣ ਵਿੱਚ ਪਦਮ ਵਾਸਤੇ ਬਹੁਤ ਕੁਛ ਲਿਖਿਆ ਗੁਰਮੁਖ 18 ਪ੍ਰਾਣਾਂ ਵਿੱਚੋਂ ਭਿਰਗੂ ਪ੍ਰਾਣ ਉਹਦੇ ਵਿੱਚ ਬਹੁਤ ਕੁਛ ਲਿਖਿਆ ਇਹਦੇ ਬਾਰੇ। ਅਤੇ ਦੁਰਗਾਦਾਸ ਵੇਦ ਪ੍ਰਾਣ ਪੜ੍ਹਦਾ ਸੀ, ਉਹ ਕਹਿੰਦਾ ਅਮਰਦਾਸ 72 ਸਾਲ ਦੀ ਉਮਰ ਹੋ ਗਈ, ਤੇਰੇ ਪੈਰ ਵਿੱਚ ਤਾਂ ਪਦਮ ਹੈ ਅਤੇ ਇਹਦੀ ਨਿਸ਼ਾਨੀ ਇਹ ਹੈ ਕਿ ਤੂੰ ਜਾਂ ਤਾਂ ਕੋਈ ਚੱਕਰਵਰਤੀ ਰਾਜਾ ਬਣਨਾ ਚਾਹੀਦਾ ਸੀ ਅਤੇ ਜਾਂ ਬਹੁਤ ਸਤਿਕਾਰਯੋਗ ਧਾਰਮਿਕ ਪੁਰਸ਼ ਹੋਣਾ ਚਾਹੀਦਾ ਸੀ, ਜਾਂ ਤਾਂ ਸ਼੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ ਸੀ ਪਦਮ ਅਤੇ ਜਾਂ ਮੈਂ ਤੇਰੇ ਪੈਰ 'ਚ ਦੇਖਿਆ। ਭਿਰਗੂ ਪ੍ਰਾਣ ਵਿੱਚ ਦੱਸਿਆ ਜਿਹਦੇ ਪੈਰ ਵਿੱਚ ਪਦਮ ਹੋਵੇ ਉਹ ਮਹਾਨ ਸਤਿਕਾਰਯੋਗ ਹੁੰਦਾ। ਤੂੰ ਇੱਥੇ 21 ਸਾਲ ਦੇਖੋ ਹੋ ਗਏ ਸੀ ਜਾਂਦਿਆਂ ਨੂੰ, ਨਾ ਤਾਂ ਕਿਤੇ ਉਹਨਾਂ ਨੇ ਚਰਨ ਦੇਖੇ ਸੀ ਬਾਬਾ ਅਮਰਦਾਸ ਜੀ ਦੇ, ਅੱਜ ਕੁਦਰਤੋਂ ਹੀ ਨਿਗਾਹ ਪੈ ਗਈ। ਦੁਰਗਾਦਾਸ ਜੀ ਕਹਿੰਦੇ ਤੂੰ ਇੱਥੇ, ਤੂੰ ਤਾਂ ਰਾਜਾ ਹੋਣਾ ਚਾਹੀਦਾ ਸੀ। ਅਤੇ ਬਾਬਾ ਅਮਰਦਾਸ ਜੀ ਕਹਿੰਦੇ ਪੰਡਿਤ ਜੀ ਕਿਉਂ ਮਜ਼ਾਕ ਕਰਦੇ ਹੋ, ਅਸੀਂ ਤਾਂ ਸੇਵਕਾਂ ਸੰਗਤ ਨੂੰ ਲੈ ਕੇ ਆਈਦਾ, ਗੱਲਾਂ ਬਾਤਾਂ ਚੱਲ ਪਈਆਂ। ਕਹਿੰਦੇ ਐਂ ਦੱਸ ਤੇਰਾ ਗੁਰੂ ਕੌਣ ਹੈ। ਹੁਣ ਇੱਥੇ ਧਿਆਨ ਦੇਣਾ, ਆਪਾਂ ਨੂੰ ਵੀ ਜੇ ਕੋਈ ਪੁੱਛ ਲਏ ਨਾ ਤੇਰਾ ਗੁਰੂ ਕੌਣ ਹੈ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਗੁਰੂ ਕੌਣ ਹੈ। ਗੁਰਮੁਖ ਲੋੜ ਪੈ ਜਾਂਦੀ ਹੈ ਜ਼ਿੰਦਗੀ 'ਚ, ਕਈ ਵਾਰੀ ਇਹੋ ਜਿਹੇ ਮੌਕੇ ਆਉਂਦੇ ਆ ਪਤਾ ਨਹੀਂ ਲੱਗਦਾ ਬੰਦੇ ਨੂੰ ਹੁਣ ਅਸੀਂ ਕਰੀਏ ਤਾਂ ਕੀ ਕਰੀਏ। ਗੁਰਮੁਖ ਉਦੋਂ ਆਪਾਂ ਸੋਚਦੇ ਹਾਂ ਨਾ ਵੀ ਕੋਈ ਮਿਲ ਜੇ ਜੀ ਤੋਂ ਪੁੱਛੀਏ ਵੀ ਹੁਣ ਕਿੱਧਰ ਜਾਈਏ। ਜਿਨ੍ਹਾਂ ਦਾ ਕੋਈ ਹੁੰਦਾ ਹੈ ਚੰਗਾ ਹੋਵੇ ਤਾਂ ਉਹ ਜੀਵਨ ਸੁਧਾਰ ਦਿੰਦਾ ਹੈ, ਅਤੇ ਕਈ ਔਖੇ ਵੇਲੇ ਗਲਤ ਲੋਕ ਲਾਹਾ ਗਲਤ ਵੀ ਲੈ ਜਾਂਦੇ ਆ। ਗੁਰਮੁਖ ਬਾਬਾ ਅਮਰਦਾਸ ਜੀ ਨੂੰ ਪੁੱਛਿਆ ਪੰਡਿਤ ਦੁਰਗਾਦਾਸ ਨੇ, ਕਹਿੰਦੇ ਤੇਰਾ ਗੁਰੂ ਕੌਣ ਹੈ, ਅਤੇ ਬਾਬਾ ਅਮਰਦਾਸ ਜੀ ਕਹਿੰਦੇ ਪੰਡਿਤ ਜੀ ਮੇਰਾ ਤਾਂ ਕੋਈ ਗੁਰੂ ਨਹੀਂ ਹੈ, ਮੈਂ ਜੇ ਗੁਰੂ ਨਹੀਂ ਧਾਰਨ ਕੀਤਾ, ਲੱਭਦਾ ਵੀ ਕੋਈ ਮਿਲ ਜੇ ਤਾਂ ਮੈਂ ਗੁਰੂ ਧਾਰਨ ਕਰ ਲਾਂ। ਜਦੋਂ ਇੰਨੀ ਗੱਲ ਗੁਰੂ ਅਮਰਦਾਸ ਜੀ ਨੇ ਆਖੀ ਨਾ, ਪੰਡਿਤ ਦੁਰਗਾਦਾਸ ਜੀ ਚੁੱਪ ਹੋ ਗਏ। ਗੁਰਮੁਖ ਉਹਦੇ ਕਾਰਨ ਸੀ ਕੁਛ। ਚਾਨਕ ਰਿਸ਼ੀ ਨੇ ਲਿਖਿਆ ਹੈ, ਕਹਿੰਦਾ ਮੂਰਖ ਦੇ ਨਾਲ ਬਹੁਤਾ ਮੱਥਾ ਨਹੀਂ ਮਾਰਨਾ ਚਾਹੀਦਾ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ ਆ, ਕਬੀਰ ਸਾਕਤ ਸੰਗ ਨਾ ਕੀਜੀ ਹੈ, ਦੂਰ ਰਹਿ ਜਾਈਐ ਭਾਗ। ਕਹਿੰਦੇ ਜੇ ਬੇਗੁਰਾ ਮਿਲ ਜੇ, ਸਾਕਤ ਮਿਲ ਜੇ, ਉਹਦਾ ਦਾਨ ਪੁੰਨ ਲੈਣਾ ਤਾਂ ਦੂਰ ਦੀ ਗੱਲ, ਉਹਦਾ ਤਾਂ ਦਰਸ਼ਨ ਕਰਨਾ ਵੀ ਮਾੜਾ। ਗੁਰਮੁਖ ਕਿਉਂਕਿ ਉਹਨੇ ਕਿਹੜਾ ਗੱਲ ਸਮਝਣੀ ਹੁੰਦੀ। ਦੋ ਕਾਰਨ ਦੁਰਗਾਦਾਸ ਜੀ ਸੋਚ ਕੇ ਚੁੱਪ ਕਰ ਗਏ ਵੀ ਇਹ ਬੇਗੁਰਾ ਹੈ, ਅਤੇ ਜਦੋਂ ਕੋਈ ਗੱਲ ਕਰਦਾ ਕਰਦਾ ਚੁੱਪ ਕਰ ਜੇ ਕੁਦਰਤੀ ਹੈ, ਆਪਣਾ ਧਿਆਨ ਵੀ ਉੱਧਰ ਜਾਂਦਾ। ਤੁਹਾਡਾ ਕੋਈ ਮਿੱਤਰ ਦੋਸਤ ਹੋਵੇ, ਗੱਲਾਂ ਕਰਦਾ ਕਰਦਾ ਇੱਕਦਮ ਚੁੱਪ ਹੋ ਜੇ, ਆਪਾਂ ਸੋਚਾਂਗੇ ਨਾ ਵੀ ਕੀ ਹੋ ਗਿਆ ਇਹਨੂੰ। ਬਾਬਾ ਅਮਰਦਾਸ ਜੀ ਵੀ ਕਹਿੰਦੇ ਦੁਰਗਾਦਾਸ ਜੀ ਕੀ ਗੱਲ ਚੁੱਪ ਕਿਉਂ ਕਰ ਗਏ। ਉਦੋਂ ਫਿਰ ਪੰਡਿਤ ਦੁਰਗਾਦਾਸ ਨੇ ਮਨ ਨੂੰ ਚੋਟ ਲਾਈ, ਕਹਿੰਦੇ ਅਮਰਦਾਸ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ, 21 ਸਾਲ ਮੈਂ ਤੈਨੂੰ ਕੋਲ ਰੱਖਿਆ, ਸੇਵਾ ਕੀਤੀ ਤੇਰੀ, ਤੇਰਾ ਦਾਨ ਪੁੰਨ ਲੈਂਦਾ ਰਿਹਾ, ਇਹ ਮੈਥੋਂ ਬਹੁਤ ਵੱਡੀ ਭੁੱਲ ਹੋ ਗਈ। ਆਹ ਜਿਹੜਾ ਦਾਨ ਦੇਣਾ ਚਾਹੁੰਦਾ ਇਹ ਮੈਂ ਤੈਥੋਂ ਲੈਣਾ ਨਹੀਂ ਹੈ, ਕਿਉਂਕਿ ਤੂੰ ਅਜੇ ਬੇਗੁਰਾ ਹੈ। ਆਖੋ ਸਤਨਾਮ, ਤੇਰੇ ਨਾਲ ਯਾਤਰਾ ਕਾਹਦੀ ਕਰ ਲਈ, ਮੇਰਾ ਤਾਂ ਪੁੰਨ ਦਾਨ ਦਾ ਜੀਵਨ ਦਾ ਹਿੱਸਾ ਕਾਫੀ ਨਸ਼ਟ ਹੋ ਜਾਣਾ। ਕਹਿੰਦੇ ਸੰਗਤ ਬੇਗੁਰੇ ਦੀ ਕੀਤੀ ਮੈਂ। ਆਹ ਗੱਲ ਜਦੋਂ ਪੰਡਿਤ ਦੁਰਗਾਦਾਸ ਨੇ ਆਖੀ, ਤੇ ਬਾਬਾ ਅਮਰਦਾਸ ਜੀ ਬਜ਼ੁਰਗ ਅਵਸਥਾ ਸਿਆਣੇ ਸੀ,
ਮਨ ਨੂੰ ਚੋਟ ਲੱਗ ਗਈ ਗੁਰਮੁਖ, ਕਹਿੰਦੇ ਮਨਾ ਬੇਗੁਰੋ ਹੀ ਤੁਰਿਆ ਫਿਰਦਾ, ਕਿੱਧਰ ਨੂੰ ਜਾ ਰਹੀ ਹੈ ਜ਼ਿੰਦਗੀ। ਪੰਡਿਤ ਦੁਰਗਾਦਾਸ ਨੇ ਮਨ ਨੂੰ ਲਾਈ ਚੋਟ, ਕਹਿੰਦੇ ਦਾਨ ਤਾਂ ਨਹੀਂ ਤੇਰਾ ਲੈਣਾ, ਗੁਰੂ ਧਾਰਨ ਕਰ ਲੈ, ਤੂੰ ਬਹੁਤ ਸਤਿਕਾਰਯੋਗ ਪੁਰਸ਼ ਬਣਨਾ। ਹੁਣ ਅੱਜ ਜਦੋਂ ਮਨ ਨੂੰ ਚੋਟ ਲੱਗ ਗਈ, ਕਈ ਵਾਰੀ ਇੱਕ ਕੋਈ ਤਾਨਾ ਮਾਰਦੇ ਨਾ ਗੁਰਮੁਖੋ, ਚਿੰਤਾ ਲੱਗ ਜੇ ਤਾਂ ਨੀਂਦ ਨਹੀਂ ਆਉਂਦੀ ਸਾਰੀ ਸਾਰੀ ਰਾਤ। ਅੱਗੇ ਘਰੇਲੂ ਕਿੱਤਾ ਕਰਦੇ, ਦਿਨੇ ਕੰਮ ਧੰਦਾ ਕਰਦੇ, ਸ਼ਾਮ ਨੂੰ ਆ ਕੇ ਪੈ ਜਾਂਦੇ, ਪੈਣ ਸਾਰ ਸੌਂ ਜਾਂਦੇ, ਦਿਨ ਚੜ੍ਹੇ ਉੱਠਣਾ, ਖੁਰਪਾ ਦਾਤੀ ਚੱਕਣੀ, ਖੇਤ ਚਲੇ ਜਾਣਾ, ਐਂ ਜੀਵਨ ਲੰਘਦਾ ਸੀ। ਪਰ ਅੱਜ ਮਨ ਨੂੰ ਚੋਟ ਲੱਗ ਗਈ, ਜਦੋਂ ਆਏ ਘਰ ਸਾਰੀ ਰਾਤ ਨੀਂਦ ਨਹੀਂ ਆਈ। ਮਨਾ ਐਡੇ ਵੱਡੇ ਸਤਿਕਾਰਯੋਗ ਪੰਡਿਤ ਦੁਰਗਾਦਾਸ, 21 ਸਾਲ ਦਾ ਪ੍ਰੇਮ ਪਿਆਰ, ਅਤੇ ਉਹ ਕਹਿੰਦੇ ਨੇ ਤੇਰਾ ਦਰਸ਼ਨ ਕਰਨਾ ਵੀ ਮਾੜਾ, ਇੰਨੇ ਵਾਰ ਯਾਤਰਾ ਕੀਤੀ, ਪੁੰਨ ਦਾਨ ਕੀਤਾ, ਜੇ ਇਹਨੂੰ ਸਫਲ ਬਣਾਉਣਾ ਹੁਣ ਗੁਰੂ ਵਾਲਾ ਬਣਨਾ ਹੀ ਪੈਣਾ। ਗੁਰਮੁਖ ਜੇ ਤਾਂ ਹੁੰਦਾ ਨਾ ਆਪਣੇ ਅਰਗਾ, ਫਿਰ ਤਾਂ ਕਹਿਣਾ ਸੀ ਵੀ ਚਲੋ ਆਪਾਂ ਪੰਡਿਤ ਤੋਂ ਕੀ ਲੈਣਾ, ਕੋਈ ਹੋਰ ਸਹੀ। ਪਰ ਇੱਦਾਂ ਨਹੀਂ ਗੁਰਮੁਖੋ, ਜੇ ਕੋਈ ਗੱਲ ਸਮਝਾਉਂਦਾ ਉਹਨੂੰ ਸੋਚੋ ਸਮਝੋ, ਮੰਨਣ ਵਿੱਚ ਹੀ ਭਲਾ, ਗੱਲ ਵੀ ਸਿਆਣੀ ਚੰਗੀ ਹੋਵੇ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ, ਸਾਰੀ ਰਾਤ ਅੱਜ ਨੀਂਦ ਨਾ ਆਈ ਅਤੇ ਸਵੇਰ 4 ਵਜੇ ਗੁਰਮੁਖੋ, ਅਤੇ ਕੁਦਰਤ ਕਰਤਾਰ ਦੀ ਐਸੀ, ਅਮਰਦਾਸ ਜੀ ਦੇ ਭਤੀਜੇ ਨੂੰ ਗੁਰੂ ਅੰਗਦ ਦੇਵ ਦੀ ਸਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ ਗੁਰਮੁਖ, ਉਹਦਾ ਨੇਮ ਸੀ ਰੋਜ਼ ਦਾ, ਨਾਲੇ ਤਾਂ ਸਵੇਰੇ ਦੁੱਧ ਰਿੜਕਣਾ, ਨਾਲੇ ਬਾਣੀ ਪੜ੍ਹਨੀ ਗੁਰਮੁਖ। ਅਤੇ ਮਾਈਆਂ ਨੂੰ ਬੇਨਤੀ ਹੈ, ਇੱਦਾਂ ਦੀ ਜ਼ਿੰਦਗੀ ਬਣਾਉਣੀ ਹੈ ਆਪਾਂ ਨੂੰ। ਉਹ ਸੋਚ ਕੇ ਨਹੀਂ ਸੀ ਪੜ੍ਹਦੀ ਵੀ ਇਹਦੇ ਨਾਲ ਭਲਾ ਹੋਊ ਜਾਂ ਨਾ, ਉਹਨੇ ਤਾਂ ਆਪਣਾ ਕੰਮ ਕਰਨਾ ਸੀ। ਪਰ ਅੱਜ ਸਬੱਬ ਐਸਾ ਬਣਿਆ, ਬੀਬੀ ਅਮਰੋ ਨਾਲੇ ਤਾਂ ਦੁੱਧ ਰਿੜਕੀ ਜਾਵੇ, ਨਾਲੇ ਉੱਚੀ ਉੱਚੀ ਪੜ੍ਹੀ ਜਾਂਦੀ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਕਈ ਸਲੋਕ ਪੜ੍ਹੇ ਉਹਦੇ ਜਵਾਨੀ ਯਾਦ ਸੀ, ਫਿਰ ਜਪਜੀ ਸਾਹਿਬ ਪੜ੍ਹਿਆ, ਜੇ ਜੁਗ ਚਾਰੇ ਆਰ ਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਜਦੋਂ ਬਾਣੀ ਪੜ੍ਹੀ, ਬਾਬਾ ਅਮਰਦਾਸ ਜੀ ਉੱਠੇ, ਕੰਧੋਲੀ ਦੇ ਨਾਲ ਬਹਿ ਕੇ ਸੁਣਿਆ ਪਾਠ ਗੁਰਮੁਖ। ਜਦੋਂ ਬੀਬੀ ਬਾਣੀ ਪੜ੍ਹ ਕੇ ਹਟ ਗਈ, ਦੁੱਧ ਰਿੜਕ ਕੇ ਉੱਠੀ, ਅਤੇ ਬਾਬਾ ਅਮਰਦਾਸ ਜੀ ਨੇ ਹੱਥ ਬੰਨ ਲਏ, ਕਹਿੰਦੇ ਧੀਏ 72 ਸਾਲ ਦੀ ਉਮਰ ਹੋ ਗਈ, ਮੈਂ ਸ਼ਾਂਤੀ ਲੱਭਦਾ ਸੀ ਕਿਤੇ ਜਾ ਕੇ ਮਨ ਨੂੰ ਸ਼ਾਂਤੀ ਮਿਲੇ, ਪਰ ਅੱਜ ਤੇਰੇ ਕੋਲੋਂ ਜੋ ਸੁਣਿਆ ਨਾ, ਸੁਣ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਆਈ ਹੈ। ਇਹ ਕੀ ਪੜ੍ਹਿਆ? ਫਿਰ ਉਹਨੇ ਦੱਸਿਆ ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਕੁਛ ਸ਼ਲੋਕ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਦੇ ਉਚਾਰੇ ਹੋਏ ਨੇ। ਕਹਿੰਦੇ ਮੈਂ ਗੁਰੂ ਧਾਰਨ ਕਰਨਾ। ਦੇਖੋ ਜਦੋਂ ਕਰਮ ਜਾਗਦੇ ਹੈ ਨਾ ਗੁਰਮੁਖੋ, ਮਨ ਨੂੰ ਚੋਟ ਲੱਗ ਜੇ ਤੁਰੇ, ਮਨ ਸੋਚੇ ਵੀ ਅਸੀਂ ਕੁਛ ਕਰਨਾ, ਉਦੋਂ ਫਿਰ ਪਰਮੇਸ਼ਰ ਸਬੱਬ ਬਣਾਉਂਦਾ। ਘਰ 'ਚੋਂ ਹੀ ਕਿਰਪਾ ਹੋ ਗਈ, ਭਤੀਜ ਨੂੰਹ ਦੇ ਕੋਲੋਂ ਸੁਣ ਕੇ ਬਾਣੀ। ਬਾਬਾ ਅਮਰਦਾਸ ਜੀ ਕਹਿੰਦੇ ਧੀਏ ਮੈਨੂੰ ਵੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਦਰਸ਼ਨ ਕਰਾ ਖੋ, ਸਤਨਾਮ ਪੜ੍ਹਿਆ ਕਰੀਏ ਆਪਾਂ ਬਾਣੀ, ਮੈਂ ਵੀ ਵਿੱਚੋਂ ਹੀ ਹਾਂ ਗੁਰਮੁਖੋ, ਕਿਉਂਕਿ ਕਿਤੇ ਨਾ ਕਿਤੇ ਗੁਰਬਾਣੀ ਦਾ ਅਸਰ ਹੋਣਾ ਹੀ ਹੋਣਾ। ਗੁਰਮੁਖ ਜੇ ਬੀਜ ਹੋਏਗਾ ਤਾਂ ਬੂਟੇ ਤਾਂ ਉੱਗਣਗੇ ਹੀ ਨਾ, ਅਤੇ ਗੁਰਬਾਣੀ ਇੱਕ ਐਸੀ ਚੀਜ਼ ਹੈ
ਇਹਦਾ ਫਲ ਤਾਂ ਮਿਲਣਾ ਹੀ ਮਿਲਣਾ। ਬੀਬੀ ਅਮਰੋ ਨੂੰ ਮਿੰਨਤਾਂ ਕੀਤੀਆਂ, ਕਹਿੰਦੇ ਮੈਨੂੰ ਲੈ ਕੇ ਚੱਲ। ਵੈਸੇ ਤਾਂ ਰਿਸ਼ਤਾ ਸੀ ਕੁੜਮੋ ਕੁੜਮੀ ਦਾ, ਗੁਰਮੁਖੋ ਕੁੜਮਾਚਾਰੀ ਦਾ, ਪਰ ਬਾਬਾ ਅਮਰਦਾਸ ਜੀ ਬੀਬੀ ਅਮਰੋ ਨੂੰ ਲੈ ਕੇ ਨਾਲ ਫਿਰ ਆਏ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ, ਖਡੂਰ ਸਾਹਿਬ ਗੁਰਮੁਖ ਆ ਕੇ ਦਰਸ਼ਨ ਕੀਤੇ। ਗੁਰੂ ਅੰਗਦ ਦੇ ਮਹਾਰਾਜ ਸਤਿਕਾਰ ਨਾਲ ਉੱਠ ਕੇ ਖੜ੍ਹੇ ਹੋ ਗਏ ਵੀ ਕੁੜਮ ਆਇਆ, ਉਮਰ ਵਿੱਚ ਵੀ ਵੱਡਾ ਸੀ। ਅਤੇ ਇੱਥੇ ਗੁਰਮੁਖ ਪਿਆਰਿਓ, ਬਾਬਾ ਅਮਰਦਾਸ ਜੀ ਨੇ ਜਾਂਦਿਆਂ ਹੀ ਧੰਨ ਸਤਿਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਕਹਿਣ ਲੱਗੇ, ਸੱਚੇ ਪਾਤਸ਼ਾਹ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਆਪ ਜੀ ਦਾ ਸੇਵਕ ਬਣ ਕੇ ਆਇਆ। ਆਖੋ ਸਤਨਾਮ। ਅਤੇ ਸੇਵਕ ਜੇ ਵੇਖਣਾ ਤਾਂ ਗੁਰੂ ਅਮਰਦਾਸ ਜੀ ਦਾ ਜੀਵਨ ਪੂਰਾ ਪੜ੍ਹਨਾ, ਵੀ ਸੇਵਾ ਕਿੱਦਾਂ ਕਮਾਈ ਦੀ। ਉਦੋਂ ਫਿਰ ਗੁਰੂ ਅੰਗਦ ਦੇਵ ਜੀ ਕਹਿੰਦੇ, ਦੱਸੋ ਚਾਹੀਦਾ ਕੀ ਹੈ? ਕਹਿੰਦੇ, ਜੀ ਮੈਂ ਚਾਹੁੰਦਾ ਆਨੰਦ, ਸ਼ਾਂਤੀ। ਧੰਨ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ, ਆਨੰਦ ਲੈਣਾ ਜਾਂ ਆਨੰਦ ਬਾਰੇ ਪਤਾ ਕਰਨਾ? ਦੇਖੋ, ਆਪਾਂ ਗੱਡੀਆਂ ਖਰੀਦਣ ਜਾਂਦੇ ਹਾਂ, ਪਤਾ ਕਰਨਾ ਗੱਲ ਹੋਰ ਹੁੰਦੀ ਹੈ, ਗੱਡੀ ਖਰੀਦ ਲੈਣੀ ਗੱਲ ਹੋਰ ਹੁੰਦੀ। ਕਹਿੰਦੇ, ਜੀ ਦੱਸੋ ਆਨੰਦ ਲੈਣਾ ਜਾਂ ਆਨੰਦ ਬਾਰੇ ਜਾਣਕਾਰੀ ਚਾਹੀਦੀ ਹੈ? ਧੰਨ ਗੁਰੂ ਅਮਰਦਾਸ ਜੀ ਉੱਥੇ ਫਿਰ ਬਚਨ ਉਚਾਰਿਆ ਸੀ, ਕਹਿੰਦੇ, ਆਨੰਦ ਭਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਇਹ ਪੰਜ ਪੌੜੀਆਂ ਜਿਹੜੀਆਂ ਆਨੰਦ ਸਾਹਿਬ ਦੀਆਂ, ਦੁੱਖ ਹੋਵੇ ਸੁੱਖ ਹੋਵੇ, ਜਿਹੜੀਆਂ ਹਰ ਵੇਲੇ ਪੜ੍ਹੀਆਂ ਜਾਂਦੀਆਂ ਨਾ, ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲੀ ਮਿਲਣੀ ਵੇਲੇ ਉਚਾਰੀਆਂ ਸੀ। ਕਹਿੰਦੇ, ਤੁਹਾਡਾ ਦਰਸ਼ਨ ਕਰਕੇ ਆਨੰਦ ਤਾਂ ਆ ਗਿਆ, ਪਰ ਹੁਣ ਤਰੀਕਾ ਦੱਸ ਦਿਓ ਇਹਨੂੰ ਅੱਗੇ ਕਿਵੇਂ ਵੰਡਣਾ। ਆਖੋ ਸਤਨਾਮ। ਫਿਰ ਗੁਰਮੁਖੋ ਸੇਵਾ 'ਚ ਲੱਗੇ, 12 ਸਾਲ ਫਿਰ ਸੇਵਾ ਕੀਤੀ। ਲਓ, ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, 8:30 ਵਜੇ ਬਾਬਾ ਜੀ ਦਾ ਹੁਕਮ ਸੀ, ਪਰ 1-2 ਮਿੰਟ ਜਿਹੜੇ ਰਹਿੰਦੇ ਨੇ ਮੈਂ ਬੇਨਤੀ ਕਰਦੇ ਹਾਂ। 12 ਸਾਲ ਸੇਵਾ ਕੀਤੀ। ਇਹਨਾਂ 12 ਸਾਲਾਂ ਵਿੱਚ ਸੇਵਾ ਵੀ ਐਸੀ, ਖਡੂਰ ਸਾਹਿਬ ਤੋਂ ਬਿਆਸਾ ਦਰਿਆ ਤੱਕ ਪੁੱਠੇ ਪੈਰੀਂ ਜਾਣਾ ਗਾਗਰ ਭਰਨ ਪਾਣੀ ਦੀ, 2:30 ਵਜੇ ਇਸ਼ਨਾਨ ਕਰਾਉਂਦੇ ਸੀ, ਰੋਜ਼ ਜਾਣਾ। ਅਤੇ ਗੁਰਮੁਖ ਪਿਆਰਿਓ, ਸਮੇਤ ਗਾਗਰ ਜਲ ਵਿੱਚ ਚੁੱਭਾ ਲਾਉਣਾ, ਨਾਲੇ ਆਪਣਾ ਇਸ਼ਨਾਨ ਹੋ ਜਾਂਦਾ, ਨਾਲੇ ਗਾਗਰ ਭਰ ਲਿਆਉਂਦੇ ਸੀ। 12 ਸਾਲ ਲੰਘ ਗਏ ਅਤੇ 12ਵੇਂ ਸਾਲ 'ਚ ਜਾ ਕੇ ਕੀ ਹੋਇਆ, ਝੱਖੜ ਝੁੱਲੀ ਜਾਂਦਾ, ਹਨੇਰੀ ਆਵੇ ਅਤੇ ਤੁਰੇ ਆਉਂਦੇ ਸੀ। ਰਸਤੇ ਦੇ ਵਿੱਚ ਜੁਲਾਹਿਆਂ ਦਾ ਘਰ ਸੀਗਾ, ਉਹ ਤਾਣੀ ਬੁਣਦੇ ਹੁੰਦੇ, ਕਿੱਲਾ ਸੀ ਬਾਹਰ ਬਾਹਰ ਦੂਰ, ਅਤੇ ਆਉਂਦੇ ਆਉਂਦੇ ਪਤਾ ਲੱਗਿਆ ਨਾ, ਹਨੇਰੇ ਵਿੱਚ ਕਿੱਲੇ ਵਿੱਚ ਅੜਕ ਕੇ ਡਿੱਗ ਪਏ ਗੁਰਮੁਖ, ਪਰ ਜਲ ਨਹੀਂ ਡੁੱਲਣ ਦਿੱਤਾ। ਸੋਚਿਆ ਵੀ ਜੇ ਜਲ ਡੁੱਲ ਗਿਆ, ਇਸ਼ਨਾਨ ਦਾ ਜਿਹੜਾ ਨੇਮ ਹੈ ਉਹ ਟੁੱਟ ਜੂਗਾ, ਇਸ਼ਨਾਨ ਨਾ ਹੋਇਆ ਤਾਂ ਗੁਰੂ ਸਾਹਿਬ ਨਿਤਨੇਮ ਕਿਵੇਂ ਕਰਨਗੇ? ਆਪਣਾ ਤਾਂ ਨੇਮ ਹੀ ਕੋਈ ਨਹੀਂ ਨਾ ਗੁਰਮੁਖੋ, ਨੇਮ ਬਣਾਉਣਾ ਹੈ, ਨਿਤਨੇਮ, ਵੀ ਆਹ ਕਾਰਜ ਅਸੀਂ ਇੰਨੇ ਸਮੇਂ 'ਤੇ ਕਰਨਾ ਹੀ ਕਰਨਾ। ਫਿਰ ਵੀ ਡੁੱਲਣ ਨਹੀਂ ਦਿੱਤਾ ਜਲ, ਗਾਗਰ ਸੰਭਾਲੀ। ਜਦੋਂ ਹੋਇਆ ਖੜਕਾ, ਗੁਰਮੁਖ ਪਿਆਰਿਓ, ਅੰਦਰੋਂ ਆਵਾਜ਼ ਆਈ, ਉਹ ਭਾਈ ਬੋਲਦਾ, ਜੁਲਾਹਿਆਂ ਦਾ ਘਰ ਸੀ, ਕਹਿੰਦਾ ਕੌਣ ਹੈ ਇਸ ਵੇਲੇ ਖੜਕਾ? ਅਤੇ ਉਹਦੇ ਘਰ ਵਾਲੀ ਸੀ ਜਿਹੜੀ ਬੀਬੀ, ਉਹਨੂੰ ਪਤਾ ਸੀ, ਉਹ ਕਹਿੰਦੀ ਹੋਰ ਕੌਣ ਹੋਣਾ, ਹੋਏਗਾ ਅਮਰੂ ਨਥਾਵਾ, ਕੁੜਮਾਂ ਦੇ ਘਰ ਭਟਕਦਾ ਫਿਰਦਾ ਦਿਨ ਰਾਤ, ਨਾ ਦਿਨੇ ਚੈਨ ਨਾ ਰਾਤ ਨੂੰ ਚੈਨ, ਕਹਿੰਦੀ। ਇਹ ਸੁਣ ਕੇ ਤਾਂ ਗੁਰੂ ਅਮਰਦਾਸ ਚੁੱਪ ਕਰ ਗਏ, ਪਰ ਦੂਜੀ ਗੱਲ ਉਹਨੇ ਹੋਰ ਕਹਿਤੀ, ਕਹਿੰਦੀ ਉਹੇ ਜੇ ਗੁਰੂ ਅੰਗਦ ਦੇਵ ਨੇ, ਉਹਨਾਂ ਨੂੰ ਵੀ ਤਰਸ ਨਹੀਂ ਆਉਂਦਾ ਵੀ ਆਪ ਦੇ ਤੋਂ ਵੱਡੀ ਉਮਰ ਦੇ ਤੋਂ ਸੇਵਾ ਕਰਾਉਂਦੇ ਆ।
ਜਦੋਂ ਆਹ ਗੱਲ ਕਹੀ ਨਾ ਬਾਬਾ ਅਮਰਦਾਸ ਜੀ ਫੇਰ ਬੋਲੇ, ਕਿਉਂਕਿ ਗੁਰ ਕੀ ਨਿੰਦਾ ਸੁਣੇ ਨਾ ਕਾਨ। ਕਹਿੰਦੇ ਕਮਲੀਏ, ਗੁਰੂ ਸਾਹਿਬ ਬਾਰੇ ਇੱਦਾਂ ਨਾ ਸੋਚ, ਮੈਂ ਨਿਥਾਵਾਂ ਨਹੀਂ ਹਾਂ, ਮੇਰੀ ਤਾਂ ਥਾਂ ਨਿਥਾਵਿਆਂ ਦੇ ਥਾਂ ਗੁਰੂ ਸਾਹਿਬ ਦੇ ਚਰਨਾਂ 'ਚ ਬਣ ਚੁੱਕੀ ਹੈ। ਬਸ ਕਮਲੀ ਕਹਿ ਕੇ ਆਪ ਤਾਂ ਮਹਾਰਾਜ ਚਲੇ ਗਏ। ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਇਆ, ਨਿਤਨੇਮ ਹੋਇਆ, ਦਿਨ ਚੜ੍ਹੇ ਨੂੰ ਰੌਲਾ ਪੈ ਗਿਆ, ਉਹ ਬੀਬੀ ਕਮਲੀ ਹੋ ਗਈ ਸੀ ਗੁਰਮੁਖ ਪਿਆਰੇ।